ਮਾਨਯੋਗ SSP ਸਾਹਿਬ ਗੁਰਦਾਸਪੁਰ ਸ਼੍ਰੀ ਹਰੀਸ਼ ਜਾਮਾ ਜੀ ਦੀਆਂ ਯੋਗ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ਼ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਆ, ਔਰ ਉਸ ਮੁਹਿੰਮ ਦੇ ਤਹਿਤ ਥਾਣਾ ਬਰਾਦਪੁਰ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਆ। ਔਰ ਜੇਕਰ ਨਾਕਾਬੰਦੀ ਕਰਕੇ ਹੋਰ ਅਰੈਸਟ ਕੀਤਾ ਜਾਵੇ ਉਹਦੇ ਕੋਲੋਂ ਵੈਪਨਸ ਨਜਾਇਜ਼ ਬਰਾਮਦ ਹੋ ਸਕਦੇ ਆ, ਜਿਸ ਦੇ ਕੱਲ੍ਹ 30 ਪੁਆਇੰਟ ਜਿਹੜਾ HP ਗੈਸ ਏਜੰਸੀ ਦੇ ਨੇੜੇ ਇਹਨਾਂ ਨੇ ਨਾਕਾਬੰਦੀ ਦੌਰਾਨ ਦਰਜਿੰਦਰ ਸਿੰਘ ਨੂੰ ਕਾਬੂ ਕੀਤਾ ਸੀ। ਇਹ ਮਾਮਲਾ ਇੱਦਾਂ ਹੈ ਕਿ ਸਾਡੇ ਮਾਨਯੋਗ SSP ਸਾਹਿਬ ਗੁਰਦਾਸਪੁਰ ਸ਼੍ਰੀ ਹਰੀਸ਼ ਜਾਮਾ ਜੀ ਦੀਆਂ ਯੋਗ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ਼ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਆ, ਔਰ ਉਸ ਮੁਹਿੰਮ ਦੇ ਤਹਿਤ ਥਾਣਾ ਬਰਾਦਪੁਰ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਆ, ਜਿਸ ਦੇ ਵਿੱਚ ਸਾਡੇ SHO ਬਰਾਦਪੁਰ ਸਰਬਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ AC ਜਗੀਰ ਚੰਦ, ਕਾਊਂਟਰ ਇੰਟੈਲੀਜੈਂਸ ਸਾਡੇ ਗੁਰਦਾਸਪੁਰ ਔਰ ਸਪੈਸ਼ਲ ਬ੍ਰਾਂਚ ਦੀ ਨਾਕਾਬੰਦੀ ਦੇ ਦੌਰਾਨ AC ਜਗੀਰ ਚੰਦ ਨੂੰ ਇੱਕ ਸੀਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਜਿੰਦਰ ਸਿੰਘ ਨਾਮ ਦਾ ਲੜਕਾ ਜੋ ਸਰਤਾਲੀ ਪਿੰਡ ਦਾ ਰਹਿਣ ਵਾਲਾ, ਉਹਦੇ ਕੋਲ ਨਜਾਇਜ਼ ਵੈਪਨ ਹੈਗੇ ਆ, ਔਰ ਉਹ ਨਜਾਇਜ਼ ਵੈਪਨਾਂ ਨੂੰ ਗਾਹ ਫਰਦਰ ਵੇਚਣ ਦਾ ਉਹ ਕੰਮ ਕਰਦਾ ਹੈ। ਔਰ ਜੇਕਰ ਨਾਕਾਬੰਦੀ ਕਰਕੇ ਹੋਰ ਅਰੈਸਟ ਕੀਤਾ ਜਾਵੇ ਉਹਦੇ ਕੋਲੋਂ ਵੈਪਨਸ ਨਜਾਇਜ਼ ਬਰਾਮਦ ਹੋ ਸਕਦੇ ਆ, ਜਿਸ ਦੇ ਕੱਲ੍ਹ 30 ਪੁਆਇੰਟ ਜਿਹੜਾ HP ਗੈਸ ਏਜੰਸੀ ਦੇ ਨੇੜੇ ਇਹਨਾਂ ਨੇ ਨਾਕਾਬੰਦੀ ਦੇ ਦੌਰਾਨ ਗੁਰਜਿੰਦਰ ਸਿੰਘ ਨੂੰ ਕਾਬੂ ਕੀਤਾ ਸੀ, ਔਰ ਉਹਦੇ ਕਬਜ਼ੇ ਦੇ ਵਿੱਚੋਂ 2 ਵੈਪਨ ਜਿਹੜੇ ਆ ਬਰਾਮਦ ਹੋਏ ਨੇ, 1.30 ਬੋਰ ਔਰ 1.32 ਬੋਰ ਜੋ ਕੰਟਰੀ ਮੇਡ ਵੈਪਨ ਨੇ, ਔਰ ਪਿਸਟਲ ਨੇ ਜਿਹਨਾਂ ਕੋਲ ਉਹਨਾਂ ਦੇ ਨਾਲ 2 ਰੌਂਗ ਵੀ ਜਿਹੜੇ ਆ 32-30 ਬੋਰ ਦੇ ਬਰਾਮਦ ਹੋਏ ਆ। ਸਰ, ਇੱਥੇ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਨੌਜਵਾਨ ਦਾ ਜੀ? ਨਹੀਂ, ਥਾਣੇ ਦੇ ਰਿਕਾਰਡ ਮੁਤਾਬਕ ਕੋਈ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ, ਔਰ ਇਹਦੀ ਗਾਂ ਫਰਦਰ ਆਪਾਂ ਇੰਟੈਰੋਗੇਸ਼ਨ ਕਰ ਰਹੇ ਹਾਂ ਜੀ, ਇਹਦੇ ਸਾਡੇ ਕੋਲ ਅਰੈਸਟ ਹੈ ਔਰ ਇਹਦਾ ਰਿਮਾਂਡ ਲੈ ਕੇ ਫਰਦਰ ਇੰਟੈਰੋਗੇਸ਼ਨ ਕਰਾਂਗੇ ਇਹਦੇ ਵਿੱਚ, ਔਰ ਇਹਦੀ ਬੈਕਗਰਾਊਂਡ ਦਾ ਪਤਾ ਦਿੱਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ, ਉਹਨਾਂ ਨੇ ਗਾਂ ਫਰਦਰ ਕਿਹਨੂੰ ਦੇਣੇ ਸੀ, ਜਾਂ ਇਹਦੇ ਨਾਲ ਕੋਈ ਵਾਰਦਾਤ ਕਰਨੀ ਸੀ, ਅਦਰਵਾਈਜ਼ ਇਹ ਕਿਹਦੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਇਹਦੀ ਪੁੱਛਗਿੱਛ ਦੌਰਾਨ ਪਤਾ ਕਰ ਰਹੇ ਹਾਂ, ਔਰ ਉਹਨੂੰ ਵੀ ਇਸ ਮੁਕਦਮੇ ਵਿੱਚ ਲਾਉਂਗੇ।